ਸਤਿ ਸ਼੍ਰੀ ਅਕਾਲ ਜੀ। ਪੰਜ ਪੀਰਾਂ ਦੀ ਜਗ੍ਹਾ ਤੇ ਮੌਕਾ ਦਿੱਤਾ ਤੁਸੀਂ, ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਸੋ ਪੀਰਾਂ ਦੇ ਨਾਂ ਤੇ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਜੀ। ਬਹੁਤ ਖੁਸ਼ੀ ਹੋਈ ਤੁਹਾਨੂੰ ਇੰਨੀ ਗਰਮੀ 'ਚ ਵੀ ਤੁਸੀਂ ਸਾਰੇ ਆਏ ਹੋ, ਥੈਂਕ ਯੂ ਸੋ ਮਚ। ਆਪਣੇ ਆਪ ਵੀ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ। ਹਾਂਜੀ, ਇੱਕ ਵਾਰ ਡਿੰਪਲ ਸਾਊਂਡ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗਿਆ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ, ਇੱਕ ਬੇਨਤੀ ਕਰ ਲਈਏ। ਉਸ ਤੋਂ ਬਾਅਦ ਉਹ ਗੀਤ ਜਿਹਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਇੱਕ ਵਾਰ ਉਸ ਵਾਹਿਗੁਰੂ ਦੇ ਨਾਂ ਤੇ ਕਰਦਾ। ਹੋਰ ਬੈਠੋ ਨਾ ਤੇਰੀ ਖੁਦਾਈ।
ताड़ी मार दो जी, उस वाहेगुरु के नाते हमेशा ही ताड़ी मार दिया करो, कह तो भी नहीं। सो एक गीत जड़ा के हुण ड्यूट करके फिल्म दे विच आ गया, पहला मेरे कोल सी, वो गाना अज तुहानू जरूर सुनावांगे। आओ जी होयो दा पिंडियो दी जू हो जिथे बसे मेरी रू ओदे नाल की ते बादे लपे लपे जोड़े जोड़े मेरी राग राग विच झट खून बाथू बाड़े मेरी राग राग विच झट खून बाथू बाड़े मेरी राग
ਤਾੜੀਆਂ ਮਾਰਦੇ ਬਾਈ ਜੀ, ਵਧੀਆ ਲੱਗਿਆ। ਥੈਂਕ ਯੂ, ਮਿਹਰਬਾਨੀ। ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਸਤਿਕਾਰ ਸਰਪੰਚ ਸਾਹਿਬ ਸਰਦਾਰ ਮੇਜਰ ਸਿੰਘ ਜੀ ਖੋਸਾ ਪਾਂਡੋ ਔਰ ਬੇਅੰਤ ਸਿੰਘ ਜੀ ਪੰਚਾਇਤ ਮੈਂਬਰ ਪ੍ਰਧਾਨ ਸਾਹਿਬ, ਗੋਬਿੰਦਰ ਸਿੰਘ ਜੀ ਘੋੜੀਆਂ ਵਾਲਾ ਔਰ ਬੂਟਾ ਸਿੰਘ ਜੀ ਪ੍ਰਧਾਨ ਗੁਰਦੁਆਰਾ ਕਮੇਟੀ, ਸੇਵਾ ਸਿੰਘ ਜੀ ਪ੍ਰਧਾਨ ਸੁਸਾਇਟੀ, ਮੰਗਲ ਸਿੰਘ ਜੀ ਪ੍ਰਧਾਨ ਸਾਹਿਬ ਔਰ ਮਾਣਾ ਖੋਸਾ, ਸਾਰੇ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ। ਮੈਂ ਇੱਕ ਵਾਰ ਫਿਰ ਤੋਂ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਜਿਹੜੇ ਇੱਧਰਲੀ ਸਾਈਡ ਖੜੇ ਆ, ਬੀਬੀਆਂ ਵਾਲੀ ਸਾਈਡ, ਭੈਣਾਂ ਵਾਲੀ ਸਾਈਡ, ਉਹ ਕਿਰਪਾ ਕਰਕੇ ਇੱਧਰਲੀ ਸਾਈਡ ਆ ਜਾਣ। ਬਹੁਤ ਮਿਹਰਬਾਨੀ ਹੋਊਗੀ ਉਹਨਾਂ ਦੀ। ਲਓ ਜੀ, ਥੈਂਕ ਯੂ, ਮਿਹਰਬਾਨੀ। ਔਰ ਇੱਕ ਮੈਂ ਮਾਫੀ ਚਾਹੁੰਦਾ, ਕਈ ਵਾਰੀ ਪਰਚੀ ਤੇ ਲਿਖਿਆ, ਕਈ ਵਾਰ ਟੇਡਾ ਮੇਡਾ ਹੋ ਜਾਂਦਾ, ਕਿਸੇ ਦਾ ਨਾਂ ਗਲਤ ਬੋਲਿਆ ਗਿਆ ਹੋਵੇ, ਸੋ ਦੁਬਾਰੇ ਠੀਕ ਕਰਵਾ ਸਕਦੇ ਹੋ, ਕਿਉਂਕਿ ਮੈਂ ਇਸ ਇਲਾਕੇ ਤੋਂ ਨਹੀਂ, ਮੈਨੂੰ ਕਈ ਵਾਰ ਪਿੰਡਾਂ ਦੇ ਨਾਂ ਵੀ ਨਹੀਂ ਪਤਾ ਹੁੰਦਾ, ਸੋ ਮਾਫੀ ਚਾਹੁੰਦਾ ਪਹਿਲਾਂ ਹੀ, ਕਈ ਵਾਰ ਕਿਸੇ ਦਾ ਗਲਤ ਨਾਂ ਬੋਲਿਆ ਗਿਆ ਹੋਵੇ। ਸੋ ਤੁਹਾਡੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ, ਜਿਹਨਾਂ ਗੀਤਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਬਖਸ਼ਿਆ। ਕੱਚੀਆਂ ਕੰਧਾਂ ਪਿੰਡ ਮੇਰੇ ਦੀਆਂ ਮਹਿਕ ਮਿੱਟੀ ਚੋਂ ਆਉਂਦੀ ਹੈ, ਕੱਚੀਆਂ ਕੰਧਾਂ ਪਿੰਡ ਮੇਰੇ ਦੀਆਂ ਮਹਿਕ ਮਿੱਟੀ ਚੋਂ ਆਉਂਦੀ ਹੈ, ਕੋਈ ਪੱਤਾ ਲੈ ਚੱਲੀ ਖੇਤ ਨੂੰ, ਕੋਈ ਚਰਖੇ ਤੰਦ ਪਾਉਂਦੀ ਹੈ, ਚੂੜੇ ਵਾਲੀ ਬਾਂਹ ਛਣਕਦੀ ਜਦੋਂ ਚਾਟੀ ਪਵੇ ਮਦਾਣੀ, ਮੇਰੇ ਗੀਤਾਂ ਵਿੱਚ ਦੱਸਿਆ ਲੋਕੋ ਪੰਜ ਦਰਿਆ ਦਾ ਪਾਣੀ। ਮੇਰੇ ਗੀਤ ਪੁੰਨਿਆਂ ਦੀ ਰਾਤ ਜਹੇ, ਕਿਸੇ ਸੱਚੇ ਇਸ਼ਕ ਦੀ ਬਾਤ ਜਹੇ, ਕਿਸੇ ਨਵੀਂ ਵਿਆਹੀ ਦੀ ਸੰਗ ਵਰਗੇ, ਜਾਂ ਫਿਰ ਹੀਰ ਸਲੇਟੀ ਦੇ ਰੰਗ ਵਰਗੇ, ਜਿਹਦੀ ਘਰ ਘਰ ਪਵੇ ਕਹਾਣੀ, ਮੇਰੇ ਗੀਤਾਂ ਵਿੱਚ ਦੱਸਦਾ ਲੋਕੋ ਪੰਜ ਦਰਿਆ ਦਾ ਪਾਣੀ। ਸੋ ਹਾਜ਼ਰ, ਉਹ ਸਾਡੇ ਪੰਜਾਬ ਦੀਆਂ ਗੱਲਾਂ, ਸਾਡੇ ਪਿੰਡਾਂ ਦੀਆਂ ਗੱਲਾਂ, ਸਾਡੇ ਘਰਾਂ ਦੀਆਂ ਗੱਲਾਂ, ਇਹਨਾਂ ਗੀਤਾਂ ਦੇ ਰਾਹੀਂ ਤੁਹਾਡੇ ਰੂਬਰੂ ਸਾਰੀਆਂ ਫਰਮਾਇਸ਼ਾਂ ਵਾਰੋ ਵਾਰੀ ਤੁਹਾਡੀ ਨਜ਼ਰ ਕਰਾਂਗੇ। ਜਿੰਨਾ ਸਮਾਂ ਮਿਲਿਆ, ਅਸੀਂ ਚਾਹੁੰਦੇ ਤੁਹਾਡਾ ਮਨੋਰੰਜਨ ਵਧੀਆ ਤਰੀਕੇ ਦੇ ਨਾਲ ਕਰਕੇ ਜਾਈਏ, ਪਰ ਇੱਕ ਵਾਰ ਖੁੱਲ੍ਹ ਕੇ ਤਾੜੀ ਮਾਰਦਿਆ ਕਰੋ, ਸੋ ਸਾਡਾ ਵੀ ਹੌਸਲਾ ਵੱਧਦਾ, ਤੁਹਾਡਾ ਜਾਂਦਾ ਕੱਖ ਨਹੀਂ, ਸਾਡਾ ਰਹਿੰਦਾ ਕੱਖ ਨਹੀਂ, ਸੋ ਮਾਣ ਤਾਣ ਬਹੁਤ ਜ਼ਰੂਰੀ ਹੈ। ਸੋ ਬਾਈ ਥੈਂਕ ਯੂ, ਮਿਹਰਬਾਨੀ, ਬਹੁਤ ਸਾਰਾ ਪਿਆਰ ਸਤਿਕਾਰ ਬਹੁਤ ਸਾਰੇ ਵੀਰਾਂ ਵੱਲੋਂ ਆਇਆ। ਬਾਈ ਜੀ ਇੱਥੇ ਵੀ ਬਹੁਤ ਸਾਰਾ ਮਾਣ ਸਤਿਕਾਰ ਦੇ ਕੇ ਗਏ, ਸਾਰਿਆਂ ਨੂੰ ਤਹਿਦਿਲ ਤੋਂ ਧੰਨਵਾਦ। ਸੋ ਅਗਲਾ ਗੀਤ ਫਿਰ ਤੁਹਾਡੀ ਨਜ਼ਰ, ਮੈਡਮ ਸੁਖਦੀਪ ਗਰੇਵਾਲ। ਸਾਰੀਆਂ ਮੇਰੀਆਂ ਮਾਤਾਵਾਂ ਭੈਣਾਂ, ਥੈਂਕ ਯੂ ਸੋ ਮਚ, ਤੁਹਾਡਾ ਸਾਰਿਆਂ ਦਾ, ਇੰਨੀ ਗਰਮੀ 'ਚ ਬੈਠੇ ਹੋ ਇਕੱਠ ਬਣਾ ਕੇ, ਇੱਧਰ ਵੀ ਸਾਰਿਆਂ ਦਾ ਥੈਂਕ ਯੂ ਸੋ ਮਚ, ਬਜ਼ੁਰਗ ਖਾਸ ਕਰਕੇ ਇੰਨੀ ਗਰਮੀ ਦੇ ਵਿੱਚ, ਥੈਂਕ ਯੂ ਸੋ ਮਚ। ਸੋ ਤਾੜੀ ਜ਼ਰੂਰ ਮਾਰਦਿਆ ਕਰੋ, ਅਤੇ ਜੇ ਤਾੜੀ ਨਹੀਂ ਮਾਰਨੀ ਹੁੰਦੀ, ਚੀਕਾਂ ਜ਼ਰੂਰ ਮਾਰਦਿਆ ਕਰੋ। ਸੋ ਉਹ ਗਾਣੇ ਜਿਹਨਾਂ ਨੂੰ ਬਹੁਤ ਪਿਆਰ ਦਿੱਤਾ ਤੁਸੀਂ, ਸਕੌਡਾ ਸੁਣਾਉਣ ਲੱਗਿਆ ਤੁਹਾਨੂੰ। ਆਓ ਜੀ ਤੀਜਾ ਦਿਨ ਹਾਂ, ਠੀਕ ਹੈ ਜੀ। ਉਹ ਚੰਡੀਗੜ੍ਹ ਕੁੜੀਆਂ ਦਾ ਪੰਗਾ ਪੈ ਗਿਆ, ਉਹ ਗੱਲ ਸੀਗੀ ਵੱਡੀ, ਮੁੰਡਾ ਲਾਈਟੀ ਲੈ ਗਿਆ, ਹੋਇਆ ਤੂੰ ਨੀ ਪਤਾ ਸੀ ਪੈ ਗਿਆ ਕਿਹਦੇ ਨਾਲ ਵਾ, ਉਹਨੂੰ ਨੀ ਪਤਾ ਸੀ ਪੈ ਗਿਆ ਕਿਹਦੇ ਨਾਲ ਵਾ। ਮੇਰੀ ਭਾਬੀ ਜੀ ਘੱਟੋ ਘੱਟ 10 ਸਾਲ ਬਾਅਦ ਮਿਲ ਰਹੇ, ਮੈਂ ਪਛਾਣਿਆ ਹੀ ਨਹੀਂ, ਥੈਂਕ ਯੂ ਸੋ ਮਚ, ਬੈਠੋ ਚੱਲੇ ਓਕੇ। ਨਿੱਕੀ ਜੀ ਹੁੰਦੀ ਨੇ ਦੇਖਿਆ, ਅੱਜ ਬਹੁਤ ਸਾਲਾਂ ਬਾਅਦ ਮਿਲਿਆ,
ਭਾਬੀ ਤਾਂ ਬੁੱਢੀ ਹੋ ਗਈ, ਮੈਨੂੰ ਪਛਾਣ ਹੀ ਨਹੀਂ ਆਈ। ਹੋਏ ਉਦੋਂ ਨੀ ਪਤਾ ਸੀ ਪੈ ਗਿਆ ਕਿਹਦੇ ਨਾਲ ਵਾ, ਕੁੜੀਆਂ ਦੇ ਘਰ ਤੇ ਸਕੋਟਾ ਵਿੱਚ ਬੈਰ ਬੱਟੇ ਬੈਲੀ ਨੂੰ ਨਾਲ ਤੇ ਫਿਰ, ਕੁੜੀਆਂ ਦੇ ਘਰ ਤੇ ਸਕੋਟਾ ਵਿੱਚ ਬੈਰ ਬੱਟੇ ਬੈਲੀ ਨੂੰ ਨਾਲ ਤੇ ਫਿਰ, ਫੱਟੜੇ ਨੂੰ ਰਾ ਜੀ।
ਆਵਾਜ਼ ਸਹੀ ਆਉਂਦੀ ਹੈ ਪਿੱਛੇ ਸਾਰਿਆਂ ਨੂੰ? ਓਕੇ ਜੀ, ਥੈਂਕ ਯੂ ਜੀ, ਆਓ ਜੀ ਨਾਲ। ਉਹ ਕਿਹੜੇ ਆਤਮਾ ਚ ਵੇ ਤੂੰ ਰਹਿਣਾ ਏ ਬਿਜੀ, ਉਹ ਤੇਰੀਆਂ ਉਡੀਕਾਂ ਵਿੱਚ ਰਹਿੰਦੀ ਆਖ ਜੀ, ਉਹ ਤੈਨੂੰ ਬਿੰਦੇ ਬਿੰਦੇ ਕਰੀ ਜਾਵਾਂ ਕਾਲ, ਤੈਨੂੰ ਬਿੰਦੇ ਬਿੰਦੇ ਕਰੀ ਜਾਵਾਂ ਕਾਲ, ਕਰੇ ਨੀ ਦਿਲ ਲੱਗ ਤੱਕ ਅੱਖ ਲੱਗ ਗਈ ਜਦੋਂ ਵੀ ਤੇਰੇ ਨਾਲ, ਅੱਖ ਲੱਗ ਗਈ ਜਦੋਂ ਵੀ ਤੇਰੇ ਨਾਲ, ਕਰੇ ਨੀ ਦਿਲ ਲੱਗਦਾ ਜਵਾਂ ਨੀ ਦਿਲ ਲੱਗਦਾ। ਉਹ ਘਰੋਂ ਜਮਾ ਹੋ ਕੇ ਮੈਂ ਤਿਆਰ ਨਿਕਲਾਂ, ਯਾਦ ਹੀ ਉਦੋਂ ਆ ਜਾ ਜਦੋਂ ਬਾਹਰ ਨਿਕਲਾਂ,
ਪਾਣੀ ਪੂਣੀ ਪੈ ਗਿਆ ਤੁਹਾਨੂੰ ਵੀ? ਸੋ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਸਾਰੀ ਸੰਗਤ ਨੂੰ ਵੀ ਪਾਣੀ ਪਿਆਇਆ ਜਾਵੇ। ਸਟੇਜ ਤੇ ਤਾਂ ਪਹੁੰਚ ਗਿਆ, ਹਾਂ ਨਾਮ ਬੋਲ ਦੋ। ਸੋ ਬਹੁਤ ਸਾਰਾ ਮਾਣ ਸਤਿਕਾਰ ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਸਾਰੀ ਨਗਰ ਪੰਚਾਇਤ ਵੱਲੋਂ ਔਰ ਸਮੂਹ ਕਮੇਟੀ ਵੱਲੋਂ ਔਰ ਹੋਰ ਬਹੁਤ ਸਾਰੇ ਵੀਰਾਂ ਵੱਲੋਂ ਮਾਣ ਸਤਿਕਾਰ ਆਏ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਬਹੁਤ ਹੀ ਖੂਬਸੂਰਤ ਇੰਤਜ਼ਾਮ ਕੀਤਾ ਗਿਆ ਤੁਹਾਡੇ ਲਈ ਬੈਠਣ ਦਾ ਔਰ ਖਾਣ ਪੀਣ ਦਾ ਵੀ। ਇੱਕ ਵਾਰ ਸਾਰੀ ਕਮੇਟੀ ਦੇ ਨਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਨਾਂ ਤੇ ਖੁੱਲ੍ਹ ਕੇ ਤਾੜੀਆਂ ਮਾਰ ਦਿਓ ਤੁਹਾਡੇ ਲਈ। ਗਰਮੀ ਕਰਕੇ ਬਹੁਤ ਹੀ ਵਧੀਆ ਪੱਖੇ ਲਾਏ ਨੇ ਔਰ ਛੱਤ ਦਾ ਵੀ ਇੰਤਜ਼ਾਮ ਹੈ, ਬੜੀ ਖੁਸ਼ੀ ਦੀ ਗੱਲ ਹੈ। ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਤਾਂ ਕਿ ਇਹ ਮੇਲੇ ਸਦਾ ਚੱਲਦੇ ਰਹਿਣ। ਸੋ ਇੱਕ ਵਾਰ ਪੀਰ ਬਾਬਾ ਜੀ ਦੇ ਨਾਂ ਤੇ ਖੁੱਲ੍ਹ ਕੇ ਤਾੜੀ ਮਾਰ ਦਿਓ ਬਾਈ, ਜਿਹਨਾਂ ਕਰਕੇ ਅੱਜ ਆਪਾਂ ਇਕੱਠੇ ਹੋਇਆ। ਸੋ ਥੈਂਕ ਯੂ, ਮਿਹਰਬਾਨੀ। ਬਹੁਤ ਸਾਰਾ ਮਾਣ ਸਤਿਕਾਰ ਮੰਗਲ ਸਿੰਘ ਪ੍ਰਧਾਨ ਸਾਹਿਬ, ਸੇਵਾ ਸਿੰਘ ਪ੍ਰਧਾਨ ਸੁਸਾਇਟੀ, ਬੂਟਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੋਵਿੰਦਰ ਸਿੰਘ ਘੋੜੀਆਂ ਵਾਲਾ, ਬੇਅੰਤ ਸਿੰਘ ਜੀ ਪੰਚਾਇਤ ਮੈਂਬਰ ਔਰ ਸਰਪੰਚ ਸਰਦਾਰ ਮੇਜਰ ਸਿੰਘ ਜੀ, ਉਹਨਾਂ ਵੱਲੋਂ ਹਰ ਕੀਤੇ ਬਹੁਤ ਸਾਰਾ ਮਾਣ ਸਤਿਕਾਰ ਔਰ ਤੁਹਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਹੈ, ਸਾਰਿਆਂ ਦੀ ਤਹਿਦਲ ਤੋਂ ਧੰਨਵਾਦੀ ਹਾਂ। ਸੋ ਅਗਲਾ ਗੀਤ ਫਿਰ ਤੁਹਾਡੀ ਨਜ਼ਰ ਮੈਡਮ ਸੁਖਦੀਪ ਗਰੇਵਾਲ। ਹਾਂਜੀ ਆਓ ਜੀ। ਹੋ ਕੋਈ ਤੇਰੇ ਤੇ ਹੱਕ ਜਤਾ ਦੇ, ਹੋ ਮੈਂ ਕੁੜੀਆਂ ਨਾਲ ਲੜਦੀ, ਤੂੰ ਬਣ ਜੇ ਮੇਰਾ ਦਿਲ ਭਰ ਜਾਂਦੀ।
ਤਾਂ ਆਪਣੇ ਨਾਂ ਤੇ ਤਾੜੀ ਮਾਰੋ। ਬਹੁਤ ਸਾਰਾ ਮਾਨ ਸਤਿਕਾਰ ਦਸ਼ਮੇਸ਼ ਸਪੋਰਟਸ ਕਲੱਬ ਦਾ ਲੈ ਕੇ ਔਰ ਦਵਿੰਦਰ ਸਿੰਘ ਜੀ ਤਿਵਾੜੀ MLA ਔਰ PA ਜੋਗਿੰਦਰਪਾਲ ਜੈਨ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਤਿਕਾਰ। ਹਰਬੰਸ ਸਿੰਘ ਜੀ ਪ੍ਰਧਾਨ ਸਾਹਿਬ ਸਾਬਕਾ ਸਰਪੰਚ ਤੋਂ ਲੈ ਕੇ ਔਰ ਸ਼ਿੰਦਰਪਾਲ ਸਿੰਘ ਜੀ ਸਰਪੰਚ ਤੋਂ ਲੈ ਕੇ ਗੁਰਪ੍ਰੀਤ ਸਿੰਘ ਜੀ ਮੈਂਬਰ, ਹਰਨੇਕ ਸਿੰਘ ਮੈਂਬਰ, ਜੰਗ ਸਿੰਘ ਮੈਂਬਰ, ਜਗਰੂਪ ਸਿੰਘ ਮੈਂਬਰ, ਦਰਸ਼ਨ ਸਿੰਘ ਮੈਂਬਰ ਔਰ ਦਰਸ਼ਨ ਸਿੰਘ ਸੀਨੀਅਰ ਮੈਂਬਰ, ਇਹਨਾਂ ਸਾਰਿਆਂ ਵੱਲੋਂ ਬਹੁਤ ਸਾਰਾ ਮਾਨ ਸਤਿਕਾਰ। ਬਾਈ ਜੀ ਆਪਣੇ ਨਾਂ ਤੇ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਮਾਰ ਲਿਓ। ਸਾਡੀਆਂ ਭੈਣਾਂ ਵੀ ਦੇਖੋ ਕਾਫੀ ਤਾਦਾਦ 'ਚ ਬੈਠੀਆਂ ਨੇ ਕਿਉਂਕਿ ਗਰਮੀ ਦਾ ਮੌਸਮ ਹੈ, ਬਹੁਤ ਖੂਬਸੂਰਤ ਮਾਹੌਲ ਬਣਿਆ। ਸਭ ਤੋਂ ਬਾਅਦ ਵੀ ਹੋਰ ਕਲਾਕਾਰਾਂ ਨੇ ਹਾਜ਼ਰੀ ਲਾਉਣੀ ਹੈ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿਉਂਕਿ ਇਹ ਮੇਲੇ ਖੇਡਾਂ ਸਾਡੇ ਪੰਜਾਬ ਤੋਂ ਬਿਨਾਂ ਕਿਤੇ ਨਜ਼ਰ ਨਹੀਂ ਆਉਂਦੀਆਂ। ਅਸੀਂ ਹਾਂ ਪੰਜਾਬੀ ਦੋਸਤ, ਸਾਨੂੰ ਮਾਣ ਪੰਜਾਬੀ ਹੋਣ ਦਾ। ਅਸੀਂ ਹਾਂ ਪੰਜਾਬੀ ਦੋਸਤ, ਸਾਨੂੰ ਮਾਣ ਪੰਜਾਬੀ ਹੋਣ ਦਾ। ਅਸੀਂ ਢੋਲੇ ਮਾਈਏ ਗਾਮ ਦੇ, ਸਾਨੂੰ ਸ਼ੌਕ ਹੈ ਨੱਚਣ ਗਾਉਣ ਦਾ। ਅਸੀਂ ਜਿੱਧਰੋਂ ਵੀ ਲੰਘੀਏ ਗੱਲਾਂ ਨੇ ਸਾਡੀਆਂ ਹੁੰਦੀਆਂ, ਅਸੀਂ ਨਾਲ ਮਟਕਦੇ ਚੱਲੀਏ ਤੇ ਮੁੱਛਾਂ ਰੱਖਦੇ ਖੁੰਡੀਆਂ। ਸਾਨੂੰ ਦੁੱਧ ਪਿਆ ਹੈ ਸ਼ੇਰ ਨਹੀਂ ਸਾਡੇ ਮੱਥੇ ਅਣਖ ਪੰਜਾਬ ਦੀ। ਰੱਬ ਦਿੱਤੀਆਂ ਮਸਤ ਜਵਾਨੀਆਂ, ਸਾਨੂੰ ਲੋੜ ਨਹੀਂ ਕਿਸੇ ਸ਼ਰਾਬ ਦੀ, ਸਾਨੂੰ ਲੋੜ ਨਹੀਂ ਕਿਸੇ ਸ਼ਰਾਬ ਦੀ। ਇਹ ਮੇਲੇ, ਇਹ ਟੂਰਨਾਮੈਂਟ, ਇਹ ਖੇਡਾਂ ਇਸੇ ਕਰਕੇ ਕਰਾਈਆਂ ਜਾਂਦੀਆਂ ਨੇ ਕਿਉਂਕਿ ਸਾਡੇ ਨੌਜਵਾਨ ਪੀੜ੍ਹੀ ਸਾਡੀ ਨਸ਼ਿਆਂ ਤੋਂ ਦੂਰ ਰਹੇ। ਸੋ ਸਾਨੂੰ ਇਹਨਾਂ ਤੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ ਕਿਉਂਕਿ ਸਾਰੇ ਕੰਮ ਇੱਕ ਲਿਮਿਟ ਦੇ ਵਿੱਚ ਚੱਲਦੇ ਰਹਿੰਦੇ ਨੇ। ਜਦੋਂ ਕੋਈ ਵੀ ਕੰਮ ਲਿਮਿਟ 'ਚ ਹੋਵੇ ਉਹ ਖਰਾਬ ਵੀ ਨਹੀਂ ਕਰਦਾ, ਜਦੋਂ ਆਪਾਂ ਲਿਮਿਟ ਟੱਪ ਜਾਈਏ ਉਹ ਸਾਡੇ ਲਈ ਗਲਤ ਹੋ ਜਾਂਦਾ ਹੈ। ਸੋ ਇਸੇ ਕਰਕੇ ਜਿਹੜੇ ਛੋਟੇ ਵੀਰ ਸਾਡੇ ਹਲੇ ਪੜ੍ਹਦੇ ਨੇ ਜਾਂ ਜਿਹਨਾਂ ਦੀ ਖੇਡਣ ਦੀ ਉਮਰ ਹੈ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਨਸ਼ਿਆਂ ਤੋਂ ਬਚ ਕੇ ਰਹਿਣਾ ਸਾਡਾ ਸੰਦੇਸ਼ ਹੈ ਤੁਹਾਡੇ ਲਈ। ਔਰ ਬੜੀ ਖੁਸ਼ੀ ਦੀ ਗੱਲ ਹੈ ਇੰਨੀ ਤਾਦਾਦ ਦੇ ਵਿੱਚ ਤੁਸੀਂ ਸਾਰੀ ਪੰਜਾਂ ਪੀਰਾਂ ਦੇ ਦਰਬਾਰ 'ਤੇ ਹਾਜ਼ਰੀਆਂ ਭਰਦੇ ਹੋ। ਪਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ, ਤੁਹਾਡੀਆਂ ਮਨੋਕਾਮਨਾਵਾਂ ਪੂਰਨ ਕਰੇ ਔਰ ਬਹੁਤ ਸਾਰਾ ਮਾਣ ਸਤਿਕਾਰ ਤੁਹਾਡੇ ਸਾਰਿਆਂ ਵੱਲੋਂ। ਸੋ ਥੈਂਕ ਯੂ, ਮਿਹਰਬਾਨੀ। ਥੋੜ੍ਹਾ ਸਮਾਂ ਸਾਡੇ ਕੋਲ ਬਾਕੀ ਹੈ, ਸੋ ਤੁਹਾਡੀਆਂ ਰਹਿੰਦੀਆਂ ਫਰਮਾਇਸ਼ਾਂ ਤੁਹਾਡੀ ਨਜ਼ਰ ਕਰਨ ਦੇ ਲਈ ਇੱਕ ਵਾਰ ਫਿਰ ਤੁਹਾਡੇ ਰੂਬਰੂ ਮੈਡਮ ਸੁਖਦੀਪ ਗਰੇਵਾਲ ਜੀ। ਲਓ ਜੀ ਲਾਸਟ ਦੋ ਗੀਤ, ਉਸ ਤੋਂ ਬਾਅਦ ਇਜਾਜ਼ਤ ਦਿਓ। ਬਹੁਤ ਵਧੀਆ ਲੱਗਿਆ, ਤੁਹਾਡੇ ਏਰੀਏ 'ਚ ਆ ਕੇ ਪਹਿਲੀ ਵਾਰ ਆਏ ਹਾਂ, ਬੜਾ ਵਧੀਆ। ਇੱਧਰਲੀ ਸਾਈਡ ਪਹਿਲੀ ਵਾਰ ਆਏ ਹਾਂ, ਜੀਰੇ ਵਾਲੀ ਸਾਈਡ, ਅਤੇ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡਾ ਮਨੋਰੰਜਨ ਕਰਨਾ ਇਸ ਤੋਂ ਬਾਅਦ। ਸੋ ਇੱਕ ਦੋ ਖੁੱਲ੍ਹੀਆਂ ਗੱਲਾਂ ਜੱਟਾਂ ਦੀਆਂ, ਜੱਟਾਂ ਦੇ ਮੁੰਡਿਆਂ ਦੀਆਂ, ਕਿਉਂਕਿ ਗੱਲ ਤਾਂ ਜਿਹੜਾ ਬੰਦਾ ਤੁਹਾਨੂੰ ਪਿਆਰ ਕਰਦਾ ਹੁੰਦਾ, ਕੇਅਰ ਤਾਂ ਤੁਹਾਡੀ ਉਹੀ ਕਰਦਾ, ਬਾਕੀ ਤਾਂ ਸਾਰੇ ਐਵੇਂ। ਆਹ ਲਾਲ ਪੱਗ ਵਾਲੇ ਅੰਕਲ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਹੋ ਲਾਲੀ ਦੇਸੀ ਜੱਟ ਨਾਲ ਯਾਰੀ, ਉਹ ਵੀ ਕੋਈ ਅੜੀ ਕਰਾਰੀ, ਲਾਲੀ ਦੇਸੀ ਜੱਟ ਨਾਲ ਯਾਰੀ, ਉਹ ਵੀ ਕੋਈ ਅੜੀ ਕਰਾਰੀ, ਕਹਿੰਦਾ ਅਸੀਂ ਕਿੱਥੇ ਆ ਦੇਖਣ ਸੂਟ ਦੁਪੱਟੇ ਸੋਬਰੀ ਦੇ, ਉਹ ਤੋਂ ਬਰਦੀ ਨਾ ਦੇ ਨਾਲ ਟੋਪ ਕਸੂਤੇ ਪਾਉਂਦੀ ਨੀ, ਕਹਿੰਦਾ ਮਿੰਤ ਨਾਲ ਕੋਈ ਸੂਟ ਸਮਾਲਾ ਵਧੀਆ ਦਰਜੀ ਤੋਂ, ਕਿਉਂ ਕਹਿੰਦਾ, ਕਿਉਂਕਿ ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਫੀਲ ਆਉਂਦੀ, ਕਹਿੰਦਾ ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਫੀਲ ਆਉਂਦੀ, ਉਹ ਕਹਿੰਦਾ ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਫੀਲ ਆਉਂਦੀ।
ਅਸੀਂ ਪਿੰਡਾਂ ਦੇ ਮੁੰਡੇ ਬੜੇ ਹੀ ਸਾਊ ਹੁੰਦੇ ਆ, ਉਹ ਗੀਤਾਂ ਦੇ ਵਿੱਚ ਬੈਲੀ ਉਹ ਸਗਾਊ ਹੁੰਦੇ ਆ, ਅਸੀਂ ਪਿੰਡਾਂ ਦੇ ਮੁੰਡੇ ਬੜੇ ਹੀ ਸਾਊ ਹੁੰਦੇ ਆ, ਉਹ ਗੀਤਾਂ ਦੇ ਵਿੱਚ ਬੈਲੀ ਉਹ ਸਗਾਊ ਹੁੰਦੇ ਆ। ਤੂੰ ਬੋਲੇ ਅੰਗਰੇਜ਼ੀ, ਅੰਗਰੇਜ਼ੀ ਉਹਨੂੰ ਸਮਝ ਨਹੀਂ ਆਉਂਦੀ ਪਰ ਸੋਹਣੀ ਬਹੁਤ ਲੱਗਦੀ ਜਦੋਂ ਬੇਬੀ ਬੇਬੀ ਕਰਕੇ ਬੋਲਦੀ। ਕਈ ਤਾਂ ਤੂੰ ਬੋਲੇ ਅੰਗਰੇਜ਼ੀ ਮੈਨੂੰ ਸਮਝਦੀ ਆਉਂਦੀ ਨੀ, ਪਰ ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਸਹੀ ਕਿਹਾ ਨਾ ਬੀਬੀਓ, ਗੱਲ ਸੱਚੀ ਹੈ ਨਾ, ਇਹ ਹੁੰਦਾ ਤਾਂ ਆਈ ਹੈ ਨਾ। ਬਹਿਮੀ ਜੱਟ ਹੋਈ ਉੱਡਣ ਹਵਾ ਵਿੱਚ ਬਾਹਰ ਤੇ ਛੇੜਨ ਮੇਰੀਆਂ ਗੱਲਾਂ ਨੂੰ, ਉਹ ਬਾਰੇ ਸੀਰੀਅਸ ਲੈ ਬੈਠਾ ਉਹੋ ਜਿਹੀਆਂ ਗੱਲਾਂ ਨੂੰ। ਉੱਡਣ ਹਵਾ ਵਿੱਚ ਬਾਹਰ ਤੇ ਛੇੜਨ ਮੇਰੀਆਂ ਗੱਲਾਂ ਨੂੰ, ਹਾਏ ਬਾਰਾ ਹੀ ਸੀਰੀਅਸ ਲੈ ਬੈਠਾ ਇਹੋ ਜਿਹੀਆਂ ਗੱਲਾਂ ਨੂੰ। ਮੈਨੂੰ ਅੱਖਾਂ ਦੇ ਨਾਲ ਘੂਰੇ, ਅੱਖਾਂ ਨਾਲ ਹੀ ਘੂਰਦੇ ਹੁੰਦੇ ਵੈਸੇ ਕਰਦੇ, ਅੱਖਾਂ ਦੇ ਨਾਲ ਘੂਰੇ ਕਹਿੰਦਾ ਰਬੜ ਕਿਉਂ ਪਾਉਂਦੀ ਨੀ, ਪਰ ਇਹ ਤਾਂ ਮੈਨੂੰ ਹੋਰ ਤਰ੍ਹਾਂ ਦੀ ਸੁਣਦਾ ਵੀ ਬਸ ਚੱਲੇ ਜੇ ਉਹ ਬਾਹੀ ਕਰ ਜੰਡ ਤੇ ਪਾ ਦੇਵੇ, ਅੰਦਰ ਬਾੜ ਕੇ ਮੈਨੂੰ ਬਾਹਰੋਂ ਜਿੰਦਾ ਹੀ ਲਾ ਦੇਵੇ, ਉਹ ਬਸ ਚੱਲੇ ਜੇ ਉਹਦਾ ਉਹ ਕਰ ਜੰਡ ਤੇ ਪਾ ਦੇਵੇ, ਅੰਦਰ ਬਾੜ ਕੇ ਮੈਨੂੰ ਬਾਹਰੋਂ ਜਿੰਦਾ ਲਾ ਦੇਵੇ। ਕਿਉਂ ਬਾਪੂ ਜੀ ਨੇ ਬੜੀ ਟਾਰ ਕੱਢੀਆਂ ਮੁੱਛਾਂ ਮੱਛ ਤੜੀਆਂ, ਕਹਿੰਦਾ ਓਨਾ ਚਿਰ ਨੀ ਟਰਦੀ ਹੋਏ ਆਖੇ ਓਨਾ ਚਿਰ ਨੀ ਟਰਦੀ ਜਿੰਨਾ ਚਿਰ ਝੰਡ ਚੜਾਉਂਦੀ ਨੀ, ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਕਹਿੰਦਾ ਆਏ ਤਾਂ ਮੈਨੂੰ ਹੋਰ ਤਰ੍ਹਾਂ ਦੀ ਤਾੜੀ ਮਾਰ ਦਿਓ ਜੀ ਦੱਬ ਕੇ, ਇੱਧਰੋਂ ਆਵਾਜ਼ ਘੱਟ ਆਉਂਦੀ ਹੈ ਥੋੜ੍ਹੀ ਜੀ, ਜ਼ੋਰ ਦੀ ਮਾਰੋ ਜੱਟੀਆਂ ਪੰਜਾਬ ਦੀਆਂ ਤੁਸੀਂ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਏਰੀਏ 'ਚ ਆ ਕੇ, ਥੈਂਕ ਯੂ ਸੋ ਮੱਚ, ਬਹੁਤ ਮਾਣ ਸਤਿਕਾਰ ਪਿਆਰ ਮਿਲਿਆ, ਹੋਰ ਬਹੁਤ ਸਾਰੇ ਕਲਾਕਾਰ ਜੋ ਤੁਹਾਡਾ ਮਨੋਰੰਜਨ ਕਰਦੇ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ।
ਹਲ ਤਾੜੀਆਂ ਮਾਰ ਦੋ ਬਈ ਪਹਿਲਾਂ ਖੁੱਲ੍ਹ ਕੇ। ਥੈਂਕ ਯੂ ਮਿਹਰਬਾਨੀ, ਤੁਹਾਡਾ ਬਹੁਤ ਸਾਰਾ ਪਿਆਰ ਸਤਿਕਾਰ, ਤੁਹਾਡੇ ਦੋ ਹੱਥਾਂ ਦੀਆਂ ਤਾੜੀਆਂ। ਸੋ ਸੋ ਬਹੁਤ ਸਾਰੀਆਂ ਫਰਮਾਇਸ਼ਾਂ, ਪ੍ਰਬੰਧਕ ਕਮੇਟੀ ਵੱਲੋਂ ਹੁਕਮ ਹੋਇਆ ਇੱਕ ਗੀਤ ਹੋਰ ਤੁਹਾਡੀ ਨਜ਼ਰ ਕਰਨਾ, ਸਭ ਤੋਂ ਬਾਅਦ ਮੀਤ ਬਰਾੜ ਜੀ ਤੇ ਹੋਰ ਬਹੁਤ ਸਾਰੀਆਂ ਖੂਬਸੂਰਤ ਆਵਾਜ਼ਾਂ ਤੁਹਾਡੀ ਨਜ਼ਰ ਹੋਣੀਆਂ। ਉਹਨਾਂ ਦੇ ਮਜੀਸ਼ੀਅਨ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਔਰ ਪ੍ਰੋਗਰਾਮ ਦਾ ਸੋਰੀ ਸਾਡੇ ਵੱਲੋਂ ਲਾਸਟ ਗੀਤ ਨਜ਼ਰ ਹੈ, ਪ੍ਰੋਗਰਾਮ ਹਲੇ ਚੱਲਦਾ ਰਹਿਣਾ। ਸੋ ਲਾਸਟ ਗੀਤ ਤੁਹਾਡੀ ਨਜ਼ਰ ਮੈਡਮ ਸੁਖਦੀਪ ਗਰੇਵਾਲ। ਲੂੰਗੀ ਗੀਤ ਦਾ ਫਰਮਾਇਸ਼ ਆਈ ਹੈ ਜੀ, ਜਾਂਦੇ ਜਾਂਦੇ ਇਹਨੂੰ ਰੋਕ ਲਿਆ, ਜ਼ਰੂਰ ਸੁਣਾ ਕੇ ਜਾਵਾਂਗੇ। ਤੁਸੀਂ ਸੈਨੀ ਖੈਣੀ ਵਾਲਾ ਸੁਣਨਾ, ਸੈਨੀ ਖੈਣੀ। ਸੋ ਲਾਸਟ ਗੀਤ ਆਓ ਜੀ। ਰੱਤੀ ਤੇਰੀ, ਰੱਤੀ ਤੇਰੀ, ਰੱਤੀ ਤੇਰੀ ਆਦ ਢੋਲ ਮਰਿਆ ਲੁਕੀ ਓਏ, ਰੱਤੀ ਤੇਰੀ ਆਦ ਢੋਲ ਮਰਿਆ ਲੁਕੀ ਓਏ, ਕੱਟ ਪਵਾਉਂਦੀਆਂ ਮੈਂ ਰੇਸ਼ਮ ਦੀਆਂ, ਕੱਟ ਪਵਾਉਂਦੀਆਂ ਮੈਂ ਰੇਸ਼ਮ ਦੀਆਂ ਡੋਰਾ, ਉਹ ਕੋਈ ਆਉਂਦਾ ਆਉਂਦਾ ਖੋਲ ਹੋ ਗਿਆ, ਵੇ ਕੋਈ ਆਉਂਦਾ 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 ਖੋਲ ਹੋ ਗਿਆ, ਤੇ ਮੈਂ ਦੂਰ ਤੋਂ ਉਹਦੇ ਮੈਂ ਦੂਰ ਤੋਂ ਪਛਾਣਦੀ ਆ ਹੋ ਗਿਆ।
ਯੂ ਸੋ ਮਚ ਸੋ ਥੈਂਕ ਯੂ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਮੂਹ ਪ੍ਰਬੰਧਕ ਕਮੇਟੀ ਸਾਰੇ ਸਰੋਤਿਆਂ ਦਾ ਨਗਰ ਗ੍ਰਾਮ ਪੰਚਾਇਤ ਸਾਰਿਆਂ ਦਾ ਸੋ ਤੁਸੀਂ ਸਾਨੂੰ ਇੱਥੇ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਸੋ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਸ਼ੁਕਰੀਆ ਮਿਹਰਬਾਨੀ ਕਿਸੇ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ ਜਿੰਨਾ ਸਮਾਂ ਸਾਨੂੰ ਕਮੇਟੀ ਵੱਲੋਂ ਮਿਲਿਆ ਸੀ ਉਹ ਸਮਾਂ ਹੋ ਚੁੱਕਾ ਸੋ ਅਗਲੇ ਕਲਾਕਾਰ ਤੁਹਾਡੀ ਨਜ਼ਰ ਹੋਣਗੇ ਉਹਨਾਂ ਦੇ ਮਜੀਸ਼ੀਅਨ ਸਾਜ਼ਾਂ ਦੀ ਸੈਟਿੰਗ ਕਰ ਰਹੇ ਨੇ ਸਿਰਫ 2 ਮਿੰਟ ਤੋਂ ਬਾਅਦ ਅਗਲੇ ਕਲਾਕਾਰ ਤੁਹਾਡੀ ਨਜ਼ਰ ਸੋ ਥੈਂਕ ਯੂ ਮਿਹਰਬਾਨੀ ਰੱਬ ਰੱਖ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਪੰਜਾਬ ਦੀ ਮਸ਼ਹੂਰ ਗਾਇਕਾ ਸੁਰਜੀਤ ਗਰੇਵਾਲ ਜੀ ਹੁਣ ਉਹਨਾਂ ਦਾ ਗਰੇਵਾਲ ਜੀ ਦਾ ਸਨਮਾਨ ਕੀਤਾ